ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮ ਵਾਲੇਕੁਮ ਜੀ, ਵੈਲਕਮ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ ਚੈਨਲ 'ਚ। ਉਮੀਦ ਕਰਦੇ ਹਾਂ ਕਿ ਸਭ ਠੀਕ ਠਾਕ ਹੋਣਗੇ ਅੱਲਾਹ ਦੇ ਕਰਮ ਅਤੇ ਫਜ਼ਲ ਨਾਲ ਜੀ। ਅਲਹਮਦੁਲਿਲਾ, ਅਸੀਂ ਵੀ ਠੀਕ ਹਾਂ। ਹਾਂਜੀ ਜੀ, ਕੁੱਕਰ ਨੂੰ ਚੱਕ ਲਵਾਂਗੇ, ਪਹਿਲੇ ਇਹਨੂੰ ਵਾਸ਼ ਕਰ ਲਵਾਂਗੇ। ਹਾਂਜੀ ਜੀ, ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਾਨ ਦੀ ਘੰਟੀ ਵਜਾਉਣਾ ਬਿਲਕੁਲ ਵੀ ਨਾ ਭੁੱਲਿਓ। ਅੱਜ ਅਸੀਂ ਤੁਹਾਡੇ ਵਾਸਤੇ ਰੈਸਪੀ ਲੈ ਕੇ ਆਏ ਹਾਂ, ਬਹੁਤ ਹੀ ਜ਼ਬਰਦਸਤ ਆ, ਜਿਹਨਾਂ ਦਾ ਨਾ ਸਿਰ ਦਿਮਾਗ ਬਹੁਤ ਦੁਖਦਾ ਨਾ ਬਹੁਤ ਜ਼ਿਆਦਾ, ਉਹਨਾਂ ਵਾਸਤੇ ਆ। ਬਿਸਮਿਲ੍ਲਾ ਕਰਦੇ ਹਾਂ। ਹਾਂਜੀ ਜੀ, ਮਾਸ਼ਾਅੱਲਾ ਜੀ ਮਾਸ਼ਾਅੱਲਾ, ਬੱਕਰੇ ਦੀ ਸਿਰੀ ਇਹਦੀ ਜੀ ਰੈਸਪੀ ਬਣਾਵਾਂਗੇ ਅੱਜ। ਇਹਨੂੰ ਚੰਗੀ ਤਰ੍ਹਾਂ ਧੋ ਲਾਂਗੇ। ਚੰਗੀ ਤਰ੍ਹਾਂ ਇਹਨੂੰ ਧੋਵਾਂਗੇ ਅਤੇ ਬੱਕਰੇ ਦੇ ਮੂੰਹ ਛੱਡ ਕੇ ਪੱਠੇ ਪੁੱਠੇ ਆਏ ਆ ਉਹ ਵੀ ਚੰਗੀ ਤਰ੍ਹਾਂ ਠੀਕ ਹੈ। ਹਾਂਜੀ ਜੀ, ਮਾਸ਼ਾਅੱਲਾ ਜੀ, ਸਿਰੀ ਜਿਹੜੀ ਆ ਬਹੁਤ ਜ਼ਬਰਦਸਤ ਤਰੀਕੇ ਨਾਲ ਧੁੱਪ ਗਈ ਆ। ਅਤੇ ਹੁਣ ਰੱਖਾਂਗੇ ਜੀ ਕੁੱਕਰ 'ਚ, ਮਾਸ਼ਾਅੱਲਾ ਜੀ, ਦਿਮਾਗ ਵੀ ਵਿੱਚ ਸਾਰਾ ਕੁਛ। ਲਸਣ ਪਾਵਾਂਗੇ, ਪਾਣੀ ਪਾਵਾਂਗੇ ਵਿੱਚ, ਪੰਖਾ ਚੱਲਣ ਡਿਆ ਇਹਨੂੰ ਬੰਦ ਕਰ ਦਾਂਗੇ ਅਤੇ ਉੱਪਰ ਆ ਰਹੇ। ਜਿੰਨਾ ਚਿਰ ਇਹਨੂੰ ਸੇਕ ਲੱਗੂਗਾ ਪਿਆਜ਼ ਜਿਹੜਾ ਆਪਾਂ ਕੱਟ ਲਾਂਗੇ।
ਪਿਆਜ਼ ਨੂੰ ਜੀ ਧੋ ਲਾਂਗੇ ਚੰਗੀ ਤਰ੍ਹਾਂ, ਵਿੱਚ ਪਾ ਲਾਂਗੇ ਨਮਕ ਪਾਵਾਂਗੇ, ਜਿਹੜੀਆਂ ਕਾਲੀਆਂ ਮਿਰਚਾਂ ਬਲੈਕ ਪੇਪਰ ਹੈ ਉਹ ਪਾ ਲਾਂਗੇ, ਉੱਪਰ ਹੀ ਉੱਕਣ ਲਾਂਗੇ। ਗਰਮੀ ਬਹੁਤ ਜ਼ਿਆਦਾ ਹੈਗੀ ਆ, ਇਹਦੀ ਗੱਲ ਨਹੀਂ। ਆਇਓ ਜਿਹੜੇ ਦਿਨ ਪਾਣੀ ਪੀਣਾ, ਤੁਹਾਨੂੰ ਮੇਰੀਆਂ ਵੀਡੀਓ ਕਿੱਦਾਂ ਲੱਗਦੀਆਂ ਜੀ ਜ਼ਰੂਰ ਦੱਸਣਾ, ਜ਼ਰੂਰ ਦੱਸਿਆ ਕਰੋ। ਅਤੇ ਹੁਣ ਜੀ ਇਹ ਪੱਕਣ ਡਿਆ, ਦਿਨਾਂ 'ਚ ਇਹ ਪੱਕਦਾ ਹੈਗਾ, ਤਕਰੀਬਨ ਇਹ ਲਊਗਾ 30 ਤੋਂ 40 ਮਿੰਟ ਕੁੱਕਰ ਦੇ ਵਿੱਚ, ਕਿਉਂਕਿ ਚੰਗੀ ਤਰ੍ਹਾਂ ਗਲ ਜਾਵੇ, ਅਤੇ ਉਸ ਤੋਂ ਬਾਅਦ ਜੀ ਤੁਹਾਨੂੰ ਖਾਣੀ। ਹਾਂਜੀ ਜੀ ਮਤਲਬ ਜੀ ਟਾਈਮ ਹੋ ਗਿਆ, ਚੰਗੀ ਤਰ੍ਹਾਂ ਜੀ ਵਿੱਚ ਭਾਗ ਕੱਢ ਲਾਂਗੇ, ਮੁੜ ਕੇ ਛੁੱਟੀਆਂ ਖੋਲ੍ਹੋ ਅਤੇ ਨਵਾਂ ਹੀ ਕੰਮ ਹੋ ਜਾਵੇ। ਬਿਸਮਿਲਲਾ ਕਰਦੇ ਹਾਂ, ਦੇਖੋ ਜੀ ਮਾਸ਼ਾਅੱਲਾ ਸਿਰੀ ਜਿਹੜੀ ਆ ਗਲੀ ਪਈ ਆ, ਦੇਖੋ ਜੀ ਮਾੜਾ ਜਿਹਾ ਕਰਨ ਦੀ ਦੇਰ। ਹਾਂਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ ਖੁਸ਼ਬੂ ਬਹੁਤ ਹੀ ਮਜ਼ੇ ਦੀ ਆਉਣ ਡਈ ਆ, ਜਿਹਦੀ ਹੱਦ ਨਹੀਂ। ਤੇ ਹੁਣ ਫਾਈਨਲੀ ਟਾਈਮ ਆ ਗਿਆ ਹੈਗਾ ਵਾ ਕਾਲੀਆਂ ਮਿਰਚਾਂ ਪਾਉਣ ਦਾ, ਥੋੜ੍ਹੀਆਂ ਜਿਹੀਆਂ ਪਾਵਾਂਗੇ, ਬਹੁਤੀਆਂ ਨਹੀਂ।
ਚੰਗੀ ਤਰ੍ਹਾਂ ਯਖਨੀ ਨੂੰ ਹਿਲਾਵਾਂਗੇ। ਟਾਈਮ ਹੈਗਾ ਵਾ ਬਹੁਤ ਹਾਂਜੀ ਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ ਸਿਰੀ ਕੱਢ ਲਈ ਹੈ ਹਾਂਜੀ ਜੀ ਡਿਸ਼ ਬਣ ਕੇ ਰੈਡੀ ਹੋ ਗਈ ਆ ਚੁੱਕਣੀ ਨਹੀਂ ਕਿਉਂਕਿ ਗਰਮ ਗਰਮ ਬਹੁਤ ਆ ਅਤੇ ਠੰਡੀ ਹੋਏਗੀ ਇਹਨੂੰ ਮਜ਼ੇ ਨਾਲ ਖਾਵਾਂਗੇ ਅਤੇ ਦਿਮਾਗ ਨੂੰ ਤਾਕਤ ਆਏਗੀ ਦਿਮਾਗ 'ਤੇ ਚੱਲੇਗਾ ਅਤੇ ਅੱਜ ਪੂਰੀ ਸਿਰੀ ਇੱਦਾਂ ਬਣਾਉਣ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਇਹਦਾ ਸੂਪ ਇਹਦੀ ਯਖਨੀ ਜਿਸਮ ਵਾਸਤੇ ਦਿਮਾਗ ਵਾਸਤੇ ਸਿਰ ਜਿਹੜਾ ਬਹੁਤ ਦੁਖਦਾ ਉਹਦੇ ਵਾਸਤੇ ਬਹੁਤ ਹੀ ਚੰਗੀ ਆ ਅਤੇ ਹੁਣ ਮੇਰਾ ਦਿਲ ਬਹੁਤ ਕਰਨ ਡਿਆ ਖਾਣ ਨੂੰ ਅਤੇ ਜਿਵੇਂ ਗਰਮ ਆ ਨਾ ਇਸ ਲਈ ਥੋੜ੍ਹਾ ਜਿਹਾ ਦਿਮਾਗ ਕੱਢ ਕੇ ਖਾਂਦੇ ਹਾਂ ਦੇਖੋ ਜੀ ਬਿਸਮਿਲ੍ਲਾ ਬਹੁਤ ਮਦਦ ਹਾਂਜੀ ਤੁਸੀਂ ਵੀ ਇੱਦਾਂ ਬਣਾਇਓ ਟੇਸਟ ਕਰਿਓ ਜਿਹੜਾ ਸਿਰ ਬਹੁਤ ਦੁਖਦਾ ਨਾ ਉਹ ਅਤੇ ਅੱਜ ਦੀ ਵਲੋਗ ਕਿੱਦਾਂ ਲੱਗਿਆ ਜ਼ਰੂਰ ਦੱਸਣਾ ਲਾਈਕ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਓ ਨਵੇਂ ਵੀ ਲੋਕ ਬਣਾ ਜਾਵਾਂਗੇ ਇਸ ਵੀਡੀਓ ਨਾਲ ਜੀ ਇਜਾਜ਼ਤ ਚਾਹੁੰਦੇ ਹਾਂ ਅਤੇ ਨਾਲ ਤੁਹਾਡੇ ਅੱਗੇ ਇੱਕ ਰਿਕੁਐਸਟ ਆ ਕਿ ਮੈਂ ਮਿੰਨੀ ਵੀ ਲੋਕ ਬਣਾਉਂਦੀ ਹੁੰਦੀ ਹਾਂ ਟਿੱਕਟੋਕ ਦੇ ਉੱਤੇ ਮੇਰੀ ਟਿੱਕਟੋਕ ਦੀ ਆਈ ਡੀ ਜਿਹੜੀ ਹੈਗੀ ਆ ਮੈਂ ਵੀ 1144 ਦੇ ਨਾਮ ਤੋਂ ਹਾਂ ਤੁਸੀਂ ਪਲੀਜ਼ ਉੱਥੇ ਵੀ ਸ਼ੋਰਟ ਵੀਡੀਓ ਵੇਖਿਆ ਕਰੋ ਰੱਬ ਰੱਖ